ਅੱਜ ਵੀਰਵਾ ਨੂੰ ਲੋਕ ਸਭਾ ਚੋਣ ਦੰਗਲ ਦੇ ਵਿੱਚ ਕੀ ਕੁਝ ਹੋਇਆ ਹੈ ਪੰਜਾਬ ਸਣੇ ਪੂਰੇ ਭਾਰਤ ਦੇ ਵਿੱਚ ਉਹ ਤੁਹਾਨੂੰ ਦੱਸਣੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਦੇ ਐਨ ਨੇੜੇ ਇੱਕ ਵੱਡਾ ਦਾਅ ਖੇਡਿਆ ਹੈ ਨਰੇਂਦਰ ਮੋਦੀ ਦੀ ਆਰਥਿਕ ਪਰਿਸ਼ਦ ਦੀ ਸਲਾਹਕਾਰ ਦੀ ਰਿਸਰਚ ਰਿਪੋਰਟ ਨੇ ਧਾਰਮਿਕ ਆਬਾਦੀ ਨੂੰ ਲੈ ਕੇ ਇੱਕ ਨਵਾਂ ਅੰਕੜਾ ਜਾਰੀ ਕੀਤਾ ਹੈ ਜਿਸ ਨੇ ਸਿਆਸਤ ਨੂੰ ਗਰਮਾ ਦਿੱਤਾ ਹੈ ਹਾਲਾਂਕਿ ਇਹ ਅੰਕੜਾ ਬਹੁਤ ਪੁਰਾਣਾ ਹੈ ਰਿਪੋਰਟ ਦੇ ਮੁਤਾਬਕ 1950 ਤੋਂ 2015 ਦੇ ਵਿਚਾਲੇ ਹਿੰਦੂ ਭਾਈਚਾਰੇ ਦੀ ਆਬਾਦੀ 7.8% ਘਟ ਗਈ ਜਦਕਿ ਘੱਟ ਗਿਣਤੀ ਦੀ ਆਬਾਦੀ 'ਚ ਜ਼ਬਰਦਸਤ ਵਾਧਾ ਹੋਇਆ ਸਿੱਖਾਂ ਦੀ ਆਬਾਦੀ ਕਹਿੰਦੇ 6.58% ਵਧੀ ਜਦਕਿ ਹਿੰਦੂਆਂ ਦੀ ਆਬਾਦੀ 84% ਤੋਂ ਘਟ ਕੇ 78% ਹੋ ਗਈ ਮੁਸਲਮਾਨਾਂ ਦੀ ਆਬਾਦੀ 43.15% ਵਧੀ ਹੈ 1950 ਦੇ ਵਿੱਚ 9.48% ਹੁੰਦੀ ਸੀ ਜੋ ਕਿ ਵਧ ਕੇ ਹੁਣ 14.9% ਹੋ ਗਈ ਹੈ ਇਸਾਈ ਭਾਈਚਾਰੇ ਦੀ ਆਬਾਦੀ ਵਿੱਚ ਵੀ 5.38% ਦਾ ਵਾਧਾ ਦਰਜ ਕੀਤਾ ਗਿਆ ਪਰ ਲੋਕ ਸਭਾ ਚੋਣਾਂ ਦੌਰਾਨ ਹਿੰਦੂਆਂ ਦੀ ਆਬਾਦੀ ਨੂੰ ਲੈ ਕੇ ਜਾਰੀ ਕੀਤੇ ਗਏ ਅੰਕੜੇ ਦੇ ਵਿਰੁੱਧ ਹੀ ਤਰ੍ਹਾਂ ਸਵਾਲ ਖੜੇ ਕਰਨ ਲੱਗੀਆਂ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਜਾਦਵ ਨੇ ਕਿਹਾ ਹੈ ਕਿ ਹਿੰਦੂਆਂ ਦੀ ਆਬਾਦੀ ਨਹੀਂ ਘਟ ਰਹੀ ਇਹ ਪ੍ਰਧਾਨ ਮੰਤਰੀ ਮੋਦੀ ਦਾ ਡਰ ਬੋਲ ਰਿਹਾ ਇਸ ਲਈ ਉਹ ਹਿੰਦੂ ਮੁਸਲਮਾਨ ਦੀ ਗੱਲ ਕਰਦੇ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਨਾਮਜ਼ਦਗੀਆਂ ਸ਼ੁਰੂ ਹੋਣ ਦੇ 2 ਦਿਨ ਬਾਅਦ ਆਖਿਰਕਾਰ ਬੀਜੇਪੀ ਨੇ ਆਪਣੇ ਬਚੇ ਹੋਏ 4 ਵਿੱਚੋਂ 3 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਫਤਿਹਗੜ੍ਹ ਸਾਹਿਬ ਸੀਟ ਤੇ ਹਾਲੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਅਨੰਦਪੁਰ ਸਾਹਿਬ ਸੀਟ ਤੋਂ ਡਾਕਟਰ ਸੁਭਾਸ਼ ਸ਼ਰਮਾ ਨੂੰ ਹਿੰਦੂ ਚਿਹਰੇ ਵੱਜੋਂ ਟਿਕਟ ਦਿੱਤੀ ਗਈ ਹੈ ਸ਼ਰਮਾ ਦੀ ਇਹ ਪਹਿਲੀ ਚੋਣ ਹੈ ਫਿਰੋਜ਼ਪੁਰ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦ ਕਿ ਸੰਗਰੂਰ ਤੋਂ ਬੀਜੇਪੀ ਨੇ ਦੋ ਵਾਰੀ ਦੇ ਵਿਧਾਇਕ ਅਰਵਿੰਦ ਖੰਨਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਖੰਨਾ ਦੋ ਵਾਰ ਕਾਂਗਰਸ ਦੀ ਟਿਕਟ ਤੇ ਧੂਰੀ ਤੋਂ ਜਿੱਤ ਚੁੱਕੇ ਨੇ 2022 ਦੇ ਵਿੱਚ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਹਨਾਂ ਦੇ ਖਿਲਾਫ ਈਡੀ ਜਾਂਚ ਵੀ ਕਰ ਰਹੀ ਹੈ 14 ਮਈ ਨੂੰ ਨਾਮਜ਼ਦਗੀਆਂ ਦਾ ਆਖੀਰਲਾ ਦਿਨ ਹੈ ਪੰਜਾਬ ਦੀਆਂ ਹੋਰ ਸਾਰੀਆਂ ਪਾਰਟੀਆਂ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਕਾਂਗਰਸ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ ਤੇ 14 ਤੱਕ ਸਾਰਿਆਂ ਨੇ ਆਪਣੇ ਪਰਚੇ ਭਰ ਦੇਣੇ ਨੇ ਅੱਜ ਵੀ ਕਈ ਦਿਗਜਾਂ ਨੇ ਨਾਮਜ਼ਦਗੀਆਂ ਭਰੀਆਂ ਨੇ ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਕਾਂਗਰਸ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਨੇ ਨਾਮਜ਼ਦਗੀ ਭਰ ਦਿੱਤੀ ਹੈ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਦਾ ਕੋਈ ਵੱਡਾ ਦਿਗਜ ਲੀਡਰ ਨਜ਼ਰ ਨਹੀਂ ਆਇਆ ਜ਼ੀਰਾ ਆਪਣੇ ਪੂਰੇ ਪਰਵਾਦ ਦੇ ਨਾਲ ਨਾਮਜ਼ਦਗੀ ਪਰਚਾ ਭਰਨ ਪਹੁੰਚੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਿਛਲੀ ਵਾਰ ਵਾਂਗੂ ਇਸ ਵਾਰ ਵੀ ਖਡੂਰ ਸਾਹਿਬ ਹਲਕੇ ਤੋਂ ਵੱਡੀ ਜਿੱਤ ਹਾਸਲ ਕਰੇਗੀ ਖਡੂਰ ਸਾਹਿਬ ਸੀਟ ਤੋਂ ਜ਼ੀਰਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਭਾਜਪਾ ਦੇ ਮਨਜੀਤ ਸਿੰਘ ਮੰਨਾ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਸਾ ਉਹ ਹਾਦੇ ਨਾਲ ਹੈ ਉਧਰ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਵੀ ਨਾਮਜ਼ਦਗੀ ਭਰ ਦਿੱਤੀ ਹੈ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਵਾਦਵੀ ਪਾਰਟੀ ਦੇ ਪਵਨ ਕੁਮਾਰ ਟੀ ਨੂੰ ਬੀਜੇਪੀ ਦੇ ਸੁਸ਼ੀਲ ਰਿੰਕੂ ਤੇ ਸ਼ਰਮਣੀ ਕਾਲੀ ਦਲ ਦੇ ਮਹਿੰਦਰ ਸਿੰਘ ਕੇਪੀਵੀ ਆਪਣੀਆਂ ਨਾਮਜ਼ਦਗੀਆਂ 10 ਮਈ ਯਾਨੀ ਕਿ ਕੱਲ ਨੂੰ ਦਾਖਲ ਕਰਨਗੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਵੀ ਕੱਲ ਦੁਪਹਿਰੇ 2 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਰਚਾ ਦਾਖਲ ਕਰਨ ਪਹੁੰਚਣਗੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਉਹਨਾਂ ਦੇ ਨਾਲ ਰਹਿਣਗੇ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਲੁਧਿਆਣਾ ਤੋਂ ਰਵਨੀਤ ਬਿੱਟੂ ਬਠਿੰਡਾ ਲੋਕ ਸਭਾ ਸੀਟ ਤੋਂ ਪਰਮਪਾਲ ਕੌਰ ਸਿੱਧੂ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਵੀ ਆਪਣੇ ਨਾਮਜ਼ਦਗੀ ਪੱਰਚੇ ਦਾਖਲ ਕਰਨਗੇ 13 ਮਈ ਨੂੰ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਆਪਣਾ ਪੱਰਚਾ ਦਾਖਲ ਲੋਕ ਸਭਾ ਤੋਂ ਨਾਮਜ਼ਦਗੀ ਭਰਨ ਪਹੁੰਚਣਗੇ ਉਮੀਦਵਾਰ 14 ਮਈ ਤੱਕ ਹੀ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਦੇ ਨੇ 15 ਮਈ ਨੂੰ ਅਰਜ਼ੀਆਂ ਸ਼ਾਰਟਲਿਸਟ ਕੀਤੀਆਂ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਸੋਂ 11 ਮਈ ਨੂੰ ਪੂਰਬੀ ਅਤੇ ਦੱਖਣੀ ਦਿੱਲੀ ਦੇ ਵਿੱਚ ਲੋਕ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋ ਕਰਨਗੇ ਸੱਤ ਪੜਾਵਾਂ ਦੇ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਤਹਿਤ ਰਾਜਧਾਨੀ ਦਿੱਲੀ ਵਿੱਚ 25 ਮਈ ਨੂੰ ਵੋਟਾਂ ਪੈਣਗੀਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਭਗਵੰਤ ਮਾਨ ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਤੇ ਦੱਖਣੀ ਪਹਿਲਵਾਨ ਦੇ ਲਈ ਵੋਟਾਂ ਮੰਗਣਗੇ ਪੰਜਾਬ ਦੇ ਸਾਬਕਾ ਆਈਐਸ ਅਧਿਕਾਰੀ ਤੇ ਬਠਿੰਡਾ ਤੋਂ ਬੀਜੇਪੀ ਦੇ ਉਮੀਦਵਾਰ ਅਤੇ ਸਿਕੰਦਰ ਸਿੰਘ ਮਲੂਕਾ ਦੀ ਨੌਂ ਪਰਮਪਾਲ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਤੀਫਾ ਨਾਮਨਜ਼ੂਰ ਕਰਨ ਤੇ ਸਖਤ ਜਵਾਬ ਦਿੰਦਿਆ ਕਿ ਹੈ ਕਿ ਮੈਂ ਪੰਜਾਬ ਦੀ ਸਾਰੀ ਉਮਰ ਵਾਸਤੇ ਗੁਲਾਮ ਨਹੀਂ ਹਾਂ ਜਿਵੇਂ ਭਲਕੇ ਅਮਰੀਕਾ ਵੀ ਜਾਣਾ ਚਾਹਾਂ ਤਾਂ ਉੱਥੇ ਵੀ ਜਾ ਸਕਦੀ ਹਾਂ ਕਹਿੰਦੇ ਜਦੋਂ ਇੱਕ ਬੰਦਾ ਸੇਵਾਮੁਕਤੀ ਹੋ ਗਿਆ ਤਾਂ ਫਿਰ ਸਰਕਾਰ ਦਾ ਕਿਸੇ ਦੀ ਜ਼ਿੰਦਗੀ ਵਿੱਚ ਦਖਲ ਦੇਣ ਦਾ ਮਤਲਬ ਕੀ ਬਣਦਾ ਹੈ ਕਹਿੰਦੇ ਪੰਜਾਬ ਸਰਕਾਰ ਜੋ ਕਾਰਵਾਈ ਕਰਨਾ ਚਾਹੁੰਦੀ ਹੈ ਕਰ ਲਵੇ ਮੈਂ ਸੇਵਾਮੁਕਤ ਹੋ ਚੁੱਕੀ ਹਾਂ ਦੁਬਾਰਾ ਡਿਊਟੀ ਜੁਆਇਨ ਨਹੀਂ ਕਰਾਂਗੀ ਤੇ ਚੋਣ ਵੀ ਬਠਿੰਡੇ ਤੋਂ ਲੜ ਕੇ ਦਿਖਾਵਾਂਗੀ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਸ਼ੀਤਲ ਅੰਗਰਾਲ ਜਿਹੜੇ ਕਿ ਹੁਣ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬਲੈਂਕਟ ਬੇਲ ਅਪਲਾਈ ਕੀਤੀ ਹੈ ਕਿ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਕਈ ਮਾਮਲਿਆਂ ਵਿੱਚ ਫਸਾ ਸਕਦੀ ਹੈ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਨਾਲ ਸ਼ੀਤਲ ਨੇ ਵੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਸ਼ੀਤਲ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਪਰ ਹੁਣ ਤੱਕ ਸਪੀਕਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਿਸ ਦੇ ਖਿਲਾਫ ਸ਼ੀਤਲ ਨੇ ਹਾਈ ਕੋਰ ਪਟੀਸ਼ਨ ਪਾਈ ਹੈ ਅੰਗਰਾਲ ਨੇ ਮੰਗ ਕੀਤੀ ਸੀ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਜਲੰਧਰ ਵੈਸਟ ਦੀ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਵੀ ਕਰਵਾਈ ਜਾਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਤੋਂ 2 ਦਿਨ ਪਹਿਲਾਂ ਉਦੋਂ ਝਟਕਾ ਲੱਗਿਆ ਸੀ ਜਦੋਂ ਉਹਨਾਂ ਦੇ ਵੱਲੋਂ ਐਲਾਨੇ ਗਏ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਆਪਣੀ ਉਮੀਦਵਾਰੀ ਛੱਡ ਦਿੱਤੀ ਸੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਦੂਸਰਾ ਝਟਕਾ ਉਹਨਾਂ ਨੇ ਫੇਰ ਅਕਾਲੀ ਦਲ ਨੂੰ ਦਿੱਤਾ ਹੈ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਸ਼ਾਮਲ ਹੋ ਗਏ ਨੇ ਹਰਦੀਪ ਸਿੰਘ ਬੁਟਰੇਲਾ ਕੱਲੇ ਨਹੀਂ ਬਲਕਿ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਚੰਡੀਗੜ੍ਹ ਚ ਤਿੰਨ ਵਾਰੀ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਬੁਟਰੇਲਾ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬੁਟਰੇਲਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਹਰਦੀਪ ਸਿੰਘ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਸਨ ਨਗਰ ਨਿਗਮ ਵਿੱਚ ਪਾਰਟੀ ਦੇ ਇਕਲੌਤੇ ਕੌਂਸਲਰ ਵੀ ਸਨ 5 ਮਈ ਨੂੰ ਉਹਨਾਂ ਦੇ ਨਾਲ ਚੰਡੀਗੜ੍ਹ ਅਕਾਲੀ ਦਲ ਦੀਆਂ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਨੇ ਵੀ ਅਸਤੀਫੇ ਦੇ ਦਿੱਤੇ ਸਨ ਬੁ ਕੀਤਾ ਸੀ ਕਿ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਨਹੀਂ ਜਾਣਗੇ ਪਰ ਸਿਆਸਤ ਦੇ ਵਿੱਚ ਇੱਥੇ ਕੁਝ ਵੀ ਜਾਇਜ਼ ਹੈ ਦੋ ਦਿਨ ਬਾਅਦ ਉਹ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਬਣ ਗਏ ਨੇ ਉਹ ਪਾਰਟੀ ਦੀਆਂ ਨਿੱਤਿਆਂ ਤੋਂ ਨਰਾਜ਼ ਹੋਣ ਕਰਕੇ ਹੀ ਪਾਰਟੀ ਛੱਡ ਕੇ ਗਏ ਨੇ ਇਹ ਉਹਨਾਂ ਦਾ ਕਹਿਣਾ ਸੀ ਪਰ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਛੱਡ ਕੇ ਗਏ ਭਾਜਪਾ ਦੇ ਲੁਧਿਆਣੇ ਤੋਂ ਉਮੀਦਵਾਰ ਰਵਨੀਤ ਬਿੱਟੂ ਦੇ ਵਿਚਾਲੇ ਹੁਣ ਟਵਿੱਟਰ ਵਾਰ ਸ਼ੁਰੂ ਹੋ ਗਈ ਹੈ। ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਰਵਨੀਤ ਬਿੱਟੂ ਦੇ ਕੁਝ ਪੋਸਟਰਾਂ ਤੇ ਬਿਆਨਤ ਸਿੰਘ ਦੀ ਤਸਵੀਰ ਲਾਉਣ ਤੇ ਕੁਝ ਤੇ ਨਾਂ ਲਾਉਣ ਤੇ ਤੰਜ ਕੱਸਿਆ ਹੈ। ਯਾਨੀ ਕਿ ਕੁਝ ਪੋਸਟਰਾਂ ਤੇ ਉਹਨਾਂ ਨੇ ਲਾਈ ਹੈ, ਕੁਝ ਤੇ ਨਹੀਂ ਲਾਈ। ਵੜਿੰਗ ਨੇ ਕਿਹਾ ਕਿ ਸਿਆਸੀ ਮੌਕਾ ਪ੍ਰਸਤੀ ਦਾ ਸਿਖਰ ਜਦੋਂ ਤੁਹਾਨੂੰ ਲੱਗਿਆ ਕਿ ਬਿਆਨਤ ਸਿੰਘ ਜੀ ਦੀ ਤਸਵੀਰ ਨੂੰ ਭਾਜਪਾ ਦੇ ਪ੍ਰਚਾਰ ਪੋਸਟਰਾਂ ਵਿੱਚ ਸ਼ਾਮਿਲ ਹੋਣ ਸਹੂਲਤਾਂ ਮਿਲ ਗਈਆਂ ਤਾਂ ਤੁਸੀਂ ਇਸ ਦੀ ਵਰਤੋਂ ਕਰ ਲਈ ਹੁਣ ਜਦੋਂ ਲੋਕ ਤੁਹਾਨੂੰ ਗੱਦਾਰ ਕਹਿ ਰਹੇ ਨੇ ਤੁਸੀਂ ਪੋਸਟਰਾਂ ਤੋਂ ਉਹਨਾਂ ਦੀ ਤਸਵੀਰ ਹਟਾ ਲਈ ਕੁਝ ਸ਼ਰਮ ਤਾਂ ਮਹਿਸੂਸ ਕਰੋ ਰਾਜਾ ਵੜਿੰਗ ਦੇ ਟਵੀਟ ਦਾ ਰਵਨੀਤ ਬਿੱਟੂ ਨੇ ਵੀ ਜਵਾਬ ਦਿੱਤਾ ਕਹਿੰਦੇ ਰਾਜਾ ਵੜਿੰਗ ਜੀ ਤੁਹਾਡੇ ਪੋਸਟਰਾਂ ਵਿੱਚ ਗਾਂਧੀ ਦੀਆਂ ਗਾਇਬ ਤਸਵੀਰਾਂ ਉਹਨਾਂ ਦੀ ਘਟ ਦੀ ਪ੍ਰਸਿੱਧੀ ਤੇ ਵਿਵਾਦ ਖੜਾ ਹੋਣ ਦੇ ਤੁਹਾਡੇ ਡਰ ਨੂੰ ਦੱਸਦੀਆਂ ਨੇ ਮੈਂ ਜਾਣਦਾ ਤੁਸੀਂ ਮੇਰੇ ਪ੍ਰਸ਼ੰਸਕ ਹੋ ਤੇ ਮੇਰਾ ਫੇਸਬੁੱਕ ਪੇਜ ਫੋਲੋ ਕਰਦੇ ਹੋ ਪਰ ਲੁਧਿਆਣੇ ਦੇ ਆਪਣੇ 517 ਹੋਟਲ ਦੇ ਕਮਰੇ ਵਿੱਚੋਂ ਬਾਹਰ ਨਿਕਲੋ ਮੇਰੇ ਚੋਣ ਦਫ਼ਤਰ ਵਿੱਚ ਜਾਓ ਸ਼ਹੀਦ ਹੋਏ ਲੀਡਰ ਬਿਆਨਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰੋ ਤੇ ਨਾਲ ਸੈਲਫੀ ਲੈਣਾ ਨਾ ਭੁੱਲਿਓ ਲੁਧਿਆਣਾ ਦੇ ਵਿੱਚ 20 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣੋ ਸੋ ਇਸ ਤਰ੍ਹਾਂ ਦੀ ਟਵਿੱਟਰ ਵਾਰ ਜਿਹੜੀ ਦੋ ਚੱਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਚਾਰ ਦੌਰਾਨ ਬਠਿੰਡਾ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਜਿਸ ਵਿੱਚ ਵਿਰੋਧੀ ਉਹਨਾਂ ਨੂੰ ਘੇਰ ਰਹੇ ਹਨ ਗਰਮੀ ਦੀ ਵਜ੍ਹਾ ਕਰਕੇ ਸੀਐਮ ਮਾਨ ਪਹਿਲਾਂ ਬੋਤਲ ਵਿੱਚੋਂ ਕੱਢੇ ਹੋਏ ਪਾਣੀ ਨਾਲ ਮੂੰਹ ਧੋਉਂਦੇ ਨੇ ਫਿਰ ਉਹੀ ਪੱਗ ਤੇ ਵੀ ਪਾ ਲੈਂਦੇ ਨੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਸਿੱਖ ਮੁੱਖ ਮੰਤਰੀ ਹੁੰਦਾ ਤਾਂ ਉਹ ਘੱਟੋ ਘੱਟ ਦਸਤਾਰ ਦੀ ਮਰਿਆਦਾ ਦੀ ਉਮੀਦ ਉਹਦੇ ਤੋਂ ਕੀਤੀ ਜਾ ਸਕਦੀ ਸੀ ਪਰ ਭਗਵੰਤ ਮਾਨ ਨੂੰ ਦਸਤਾਰ ਦਾ ਕੋਈ ਸਤਕਾਰ ਨਹੀਂ ਹੈ ਕਿਉਂਕਿ ਉਹ ਦਸਤਾਰ ਨੂੰ ਸਿਰਫ ਇੱਕ ਨਿਸ਼ਾਨੀ ਦੇ ਤੌਰ ਤੇ ਬ ਕਾਲੀਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਦੀ ਇਹੋ ਜਿਹੀ ਕਿਸੇ ਹਰਕਤ ਤੇ ਚੁੱਪ ਰਹਿ ਜਾਣ ਇਹ ਤਾਂ ਹੋ ਨਹੀਂ ਸਕਦਾ ਮਜੀਠੀਆ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਦਸਤਾਰ ਦੇ ਨਿਰਾਦਰ ਵਾਲੀਆਂ ਤਿੰਨ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਦਸਤਾਰ ਤੇ ਝੂਠਾ ਪਾਣੀ ਪਾ ਕੇ ਭਗਵੰਤ ਮਾਨ ਨੇ ਗੁਰੂ ਸਾਹਿਬ ਦੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਪਹਿਲਾਂ ਵੀ दारू ਪੀ ਕੇ ਤਕਸਰੀ ਦਮਦਵਾ ਸਾਹਿ ਪਹੁੰਚ ਗਏ ਸਨ ਸਿੱਖ ਨੌਜਵਾਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਚ ਬੰਦ ਕਰ ਰੱਖਿਆ ਹੈ ਭਗਵੰਤ ਮਾਨ ਜੀ ਹੋਰ ਕਿੰਨੀ ਵਾਰੀ ਤੁਸੀਂ ਸਿੱਖ ਸਿਧਾਂਤਾਂ ਤੇ ਕੌਮ ਦੇ ਵãi ਦੇ ਵਿੱਚ ਕਿਸਾਨਾਂ ਦਾ ਇੱਕ ਵਫਦ ਚੋਣ ਕਮਿਸ਼ਨ ਕੋਲ ਪਹੁੰਚਿਆ ਤੇ ਸ਼ਿਕਾਇਤ ਸੌਂਪੀ ਉਹਨਾਂ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੁਝ ਦਿਨ ਪਹਿਲਾਂ ਇਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਕਿ ਅਸੀਂ ਉਹਨਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਨਹੀਂ ਕਰਨ ਦੇ ਰਹੇ ਜਦ ਕਿ ਸਿਆਸੀ ਲੀਡਰ ਕਹਿੰਦੇ ਆਪਣੇ ਨਾਲ ਗੁੰਡੇ ਲੈ ਕੇ ਚੱਲ ਰਹੇ ਨੇ ਨਾਲੇ ਕਹਿੰਦੇ ਇਹਨਾਂ ਦੇ ਵਰਕਰ ਬੀਜੇਪੀ ਦੇ ਵਰਕਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਹੱਥੋਂ ਪਾਈ ਵੀ ਕਰਦੇ ਨੇ ਰਾਜਵਾਲ ਨੇ ਕਿਹਾ ਕਿ ਆਗੂਆਂ ਤੋਂ ਸਵਾਲ ਪੁੱਛਣਾ ਸਾਡਾ ਲੋਕਤੰਤਰੀ ਅਧਿਕਾਰ ਹੈ ਬੀਜੇਪੀ ਦੇ ਲੀਡਰ ਕਿਸਾਨ ਆਗੂਆਂ ਤੇ ਗਲਤ ਇਲਜ਼ਾਮ ਲਾ ਰਹੇ ਨੇ ਅਸੀਂ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਜ ਸਾਥੀ ਹਿੰਸਕ ਹੋਇਆ ਤਾਂ ਅਸੀਂ ਖੁਦ ਉਸ ਦੇ ਖਿਲਾਫ ਕਾਰਵਾਈ ਕਰਾਂਗੇ ਪਰ ਬੀਜੇਪੀ ਦੇ ਉਮੀਦਵਾਰਾਂ ਨੂੰ ਕਹਿੰਦੇ ਸਾਡੇ ਸਵਾਲਾਂ ਦਾ ਜਵਾਬ ਦੇਣਾ ਹੀ ਪਊਗਾ ਪੰਜਾਬ ਕਾਂਗਰਸ ਨੇ ਭਾਵੇਂ ਨੌਕਰੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਦੇ ਵਿੱਚ ਤਾਂ ਨਹੀਂ ਉਤਾਰਿਆ ਪਰ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਪਾਰਟੀ ਨੇ ਉਹਨਾਂ ਨੂੰ ਐਕਸ ਸਰਵਿਸਮੈਨ 셀 ਦਾ ਚੇਅਰਮੈਨ ਨਿਯੁਕਤ ਕੀਤਾ ਪੰਜਾਬ ਕਾਂਗਰਸ ਨੇ ਉਹਨਾਂ ਦੀ ਨਿਯੁਕਤੀ ਸੰਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਨੇ ਇਸ ਦੇ ਨਾਲ ਹੀ ਗੁਰਿੰਦਰ ਸਿੰਘ ਢਿੱਲੋਂ ਨੇ ਇਹ ਜ਼ਿੰਮੇਵਾਰੀ ਦੇ ਲਈ ਪਾਰਟੀ ਇਨਚਾਰਜ ਦਵ ਕਦਰ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਪਾਰਟੀ ਲਈ ਕੰਮ ਵੀ ਕਰਨਗੇ ਗੁਰਿੰਦਰ ਸਿੰਘ ਢਿੱਲੋਂ ਸੀਨੀਅਰ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਨੇ ਜਦੋਂ ਰਾਹੁਲ ਗਾਂਧੀ ਭਾਰਤ ਦੌਰੇ ਦੌਰਾਨ ਆਏ ਸਨ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਢਿੱਲੋਂ ਦੇ ਸਿਰ ਤੇ ਸੀ ਢਿੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੰਮੂ ਤੱਕ ਉਹਨਾਂ ਨਾਲ ਡਿਊਟੀ ਤੇ ਸਨ ਇਸ ਦੌਰਾਨ ਉਹ ਰਾਹੁਲ ਤੋਂ ਕਾਫੀ ਪ੍ਰਭਾਵਿਤ ਹੋਏ 29 ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦ ਹਮਲੇ ਦਾ ਸਾਜ਼ਿਸ਼ਕਾਰ ਅਕਾਲੀ ਲੀਡਰ ਹੀ ਨਿਕਲਿਆ ਯਾਨੀ ਕਿ ਅਕਾਲੀ ਹੀ ਅਕਾਲੀ ਦਾ ਵੈਰੀ ਨਿਕਲਿਆ ਸਾਜ਼ਿਸ਼ਕਾਰ ਅਕਾਲੀ ਲੀਡਰ ਜਗਦੀਪ ਸਿੰਘ ਚੀਮਾ ਦਾ ਨਾਮ ਸਾਹਮਣੇ ਆਇਆ ਹੈ ਐਫ ਆਈ ਆਰ ਦੇ ਵਿੱਚ ਫਤੇਗੜ ਸਾਹਿਬ ਵਿਧਾਨ ਸਭਾ ਹਲਕਾ ਇੰਚਾਰਜ ਚੀਮਾ ਦਾ ਨਾਮ ਜਿਹੜਾ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਮੁਲਜ਼ਮ ਚੀਮਾ ਚੋਣ ਪ੍ਰਚਾਰ ਛੱਡ ਕੇ ਫਰਾਰ ਵੀ ਹੋ ਗਿਆ ਜਗਦੀਪ ਸਿੰਘ ਚੀਮਾ ਦੇ ਪਿਤਾ ਰਣਧੀਰ ਸਿੰਘ ਚੀਮਾ ਅਕਾਲੀ ਸਰਕਾਰ ਵਿੱਚ ਮੰਤਰੀ ਸਨ ਇਹ ਪਰਿਵਾਰ ਸੁਖਬੀਰ ਬਾਦਲ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਇਸ ਵਕਤ ਰਣਧੀਰ ਸਿੰਘ ਚੀਮਾ ਸ਼੍ਰਮਣੀ ਕਮੇਟੀ ਮੈਂਬਰ ਹਨ 2022 ਦੇ ਵਿੱਚ ਵਿਧਾਨ ਸਭ ਦੋਰਾਨ ਜਗਦੀਪ ਚੀਮਾ ਫਤਿਹਗੜ੍ਹ ਸਾਹਿਬ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸਨ ਹਾਲਾਂਕਿ ਚੀਮਾ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਖੰਨਾ ਦੇ ਵਿੱਚ ਕਾਂਗਰਸ ਦੇ ਸੋਸ਼ਲ ਮੀਡੀਆ ਪ੍ਰਧਾਨ ਨੇ ਭਗਵਾਨ ਸ਼੍ਰੀ ਰਾਮ ਦੇ ਚਿਹਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਜਿਸ ਵਿੱਚ ਭਗਵਾਨ ਹਨੂਮਾਨ ਉਹਨਾਂ ਦੇ ਚਰਨਾਂ ਵਿੱਚ ਨਜ਼ਰ ਆ ਰਹੇ ਨੇ ਇਸ ਫੋਟੋ ਨੂੰ ਦੇਖ ਕੇ ਸ਼ਿਵ ਸੈਨਾ ਹਿੰਦ ਸਟੂਡੈਂਟ ਵਿੰਗ ਇੰਡੀਆ ਦੇ ਪ੍ਰਧਾਨ ਗੌਤਮ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਪ੍ਰਧਾਨ ਸੁਧੀਰ ਜੋਸ਼ੀ ਵਾਸੀ ਸੀ ਸ਼ਿਪੂਰੀ ਮੁਹੱਲਾ ਖੰਨਾ ਦੇ ਖਿਲਾਫ ਮਾਮਲਾ ਦਰ ਇੱਕ ਪਾਵਨਾਵਾਨ ਨੂੰ ਠੇਸ ਪਹੁੰਚਾਉਣ ਤੇ ਆਈਟੀ ਐਕਟ ਦੀਆਂ ਧਰਾਵਾਂ ਲਾਈਆਂ ਗਈਆਂ ਨੇ ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ ਪੁਲਿਸ ਉਸ ਨੂੰ ਪਗੌੜਾ ਕਰਾਰ ਦੇ ਰਹੀ ਹੈ ਅੰਬਾਨੀ ਅਡਾਨੀ ਦੇ ਮੁੱਦੇ ਤੇ ਰਾਹੁਲ ਅਤੇ ਪੀਐਮ ਮੋਦੀ ਲਗਾਤਾਰ ਆਹਮੋ ਸਾਹਮਣੇ ਹੋ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਦਾ ਪਹਿਲੀ ਵਾਰੀ ਆਪਣੇ ਭਾਸ਼ਣ ਵਿੱਚ ਉਦਯੋਗਪਤੀਆਂ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਦਾ ਨਾਮ ਲਿਆ ਉਦੋਂ ਤੋਂ ਹੀ ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਪੀਐਮ ਮੋਦੀ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ ਪੀਐਮ ਮੋਦੀ ਨੇ ਕਾਂਗਰਸ ਤੇ ਇਲਜ਼ਾਮ ਲਾਇਆ ਹੈ ਕਿ ਇਹ ਦੋਵੇਂ ਉਦ ਕਾਂਗਰਸ ਨੂੰ ਆਟੋ ਵਿੱਚ ਪੈਸੇ ਲੱਦ ਕੇ ਭੇਜਦੇ ਹਨ ਇਸੇ ਲਈ ਕਹਿੰਦੇ ਰਾਹੁਲ ਗਾਂਧੀ ਹੁਣ ਚੋਣਾਂ ਵੇਲੇ ਇਹਨਾਂ ਦਾ ਨਾਮ ਨਹੀਂ ਲੈਂਦੇ ਜਿਸ ਤੇ ਰਾਹੁਲ ਗਾਂਧੀ ਹੁਣ ਪੀਐਮ ਮੋਦੀ ਨੂੰ ਇਹ ਇਸ ਮੁੱਦੇ ਤੇ ਘੇਰ ਰਹੇ ਨੇ ਪਹਿਲਾਂ ਪੀਐਮ ਮੋਦੀ ਦਾ ਬਿਆਨ ਸੁਣ ਲੈਣੇ ਆ 5 ਸਾਲ ਤੇ ਲੇਕਿਨ ਜਦੋਂ ਸੇ ਚੁਨਾਵ ਘੋਸ਼ਿਤ ਹੋਆ ਹੈ ਇਹਨਾਂ ਨੇ ਅੰਬਾਨੀ ਅਡਾਨੀ ਕੋ ਗਾਲੀ ਦੇਣਾ ਬੰਦ ਕਰ ਦਿਆ मैं आज तेलंगाना की धरती से पूछना चाहता हूं जरा साझा दे घोषित करें कि चुनाव में ये अंबानी अडानी से कितना माल उठाया है काले धन के कितने बोरे भरकर के रुपये मारे हैं क्या टेम्पो भरकर के नोटे कांग्रेस के लिए पहुंची है क्या क्या सौदा हुआ है आपने रातों रात अबा अंबानी अडानी इनको गाली देना बंद कर दिया जरूर दाल में कुछ काला है पांच साल तक अंबानी अडानी को गाली दी और रातों रात गालियां बंद हो गई मतलब कोई न कोई चोरी का माल tempo bhar bhar kar ke aapne paya hai ਮਿੱਤਲਾਰਾ ਇਹ ਜਵਾਬ ਦੇਣਾ ਪਵੇਗਾ ਦੇਖੋ ਹੁਣ ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਵੀ ਵੀਡੀਓ ਜ਼ਰੀਏ ਜਵਾਬ ਦਿੱਤਾ ਹੈ ਕਹਿੰਦੇ ਮੋਦੀ ਜੀ ਕਿ ਤੁਸੀਂ ਥੋੜੇ ਜਿਹਾ ਘਬਰਾ ਗਏ ਹੋ ਆਮ ਤੌਰ ਤੇ ਤੁਸੀਂ ਬੰਦ ਕਮਰਿਆਂ ਦੇ ਵਿੱਚ ਅੰਬਾਨੀ ਐਡਾਨੀ ਬਾਰੇ ਗੱਲ ਕਰਦੇ ਹੋ ਪਹਿਲੀ ਵਾਰੀ ਜਨਤਕ ਤੌਰ ਤੇ ਤੁਸੀਂ ਅੰਬਾਨੀ ਤੇ ਐਡਾਨੀ ਬਾਰੇ ਬੋਲ ਰਹੇ ਹੋ ਤੁਹਾਨੂੰ ਇਹ ਵੀ ਪਤਾ ਹੈ ਕਿ ਇਹ ਟੈਂਪੂ ਦੇ ਵਿੱਚ ਪੈਸੇ ਦਿੰਦੇ ਨੇ ਕੀ ਤੁਹਾਡੇ ਕੋਲ ਕੋਈ ਨਿੱਜੀ ਅਨੁਭਵ ਹੈ ਤੁਸੀਂ ਸੀਬੀਆਈ ਤੇ ਈਡੀ ਕੋਲੋਂ ਜਾਂਚ ਕਰਵਾ ਲਓ ਜੇ ਇਹ ਮੈਨੂੰ ਟੈਂਪੂ ਦੇ ਵਿੱਚ ਪਾ ਕੇ ਪੈਸੇ ਭੇਜਦੇ ਨੇ ਨਮਸਕਾਰ ਮੋਦੀ ਜੀ ਥੋੜਾ ਸਾ ਘਬਰਾਏ ਗਏ ਕਿਆ नॉर्मली आप बंद कमरों में अदानी जी अंबानी जी की बात करते हो पहली बार आपने पब्लिक में अदानी अदानी अंबानी बोला और आपको यह भी मालूम कि ये टेम्पो में पैसा देते हैं क्या ये आपका पर्सनल एक्सपीरियंस है क्या आ, एक काम कीजिए सी बी डी को इनके पास भेजिए ना पूरी जानकारी करिए इंक्वायरी कराइए जल्दी से जल्दी कराइए घबराइए मत मोदी जी और मैं देश को फिर से दोहरा के कह रहा हूँ जितना पैसा नरेंद्र मोदी जी ने इनको दिया है ना उतना ही पैसा हम हिंदुस्तान के गरीब लोगों को देने जा रहे हैं महालक्ष्मी योजना पहली नौकरी पक्की योजना इन योजनाओं के माध्यम से करोड़ों लाखपति बनाएंगे हम इन्होंने 22 अरबपति बनाए हैं हम करोड़ों लाखपति बनाएंगे